ਸ਼ਾਇਰ ਹੈ ਜਿਸ ਨਾਲ ਸ਼ੇਰ ਹੈ ਕਿਉਂਕਿ ਨਵੇਂ ਲੋਕ ਜਿਹੜੇ ਉਹ ਨਵੇਂ ਰੰਗ ਬਿਆਨ ਕਰਨੇ ਬੜਾ ਪੁਰਾਣਾ ਇੱਕ ਸ਼ਾਇਰ ਹੈ ਲਾਹੌਰ ਨੇ ਰਹਿਣ ਵਾਲਾ ਚਾਬਕ ਸਵਾਰਾਂ ਦੀ ਗਲੀ ਵਿੱਚ ਇਸਦੀ ਦੁਕਾਨ ਹੋਣੀ ਸੀ ਕੰਮ ਦਰਦੀ ਨਾ ਕਰਨਾ ਸਾ ਨਾ ਪਰਦੇਸ ਵਿੱਚ ਕੋਈ ਗਿਆ ਵੈ ਮੁਲਕੇ ਅਦਮ ਵਿੱਚ ਗਿਆ ਵੈ ਇੱਥੇ ਰਹਿਣਾ ਲੈ ਤਾਂ ਮਦੀਨੇ ਦਾ ਨਜ਼ਰ ਰੱਖ ਲੈ ਹੈ ਵਿਛੋੜਾ ਹੈ ਮੀਆਂ ਸਾਹਿਬ ਸਰਕਾਰ ਨੇ ਸਫਲ ਮਲੂਕ ਜਿਸ ਤਰ੍ਹਾਂ ਬਿਆਨ ਕੀਤਾ ਜਿੰਨਾ ਤਲਬ ਕਿਸੇ ਦੀ ਉਹ ਸੀ ਦੀਨਦਾਰੀ ਨਹੀਂ ਜਾਂ ਦੁਨੀਆਦਾਰੀ ਜਿੰਨਾ ਤਲਬ ਕਿਸੇ ਦੀ ਉਹ ਸੀ ਇਹ ਸੁਣ ਕਿੱਸਾ ਖੁਸ਼ ਹੋ ਸਨ ਜਿੰਨਾ ਲਾਗ ਇਸ਼ਕ ਦੀ ਸੀਨੇ ਉਹ ਜਾਗ ਸਵੇ ਲੈ ਰਹੇ ਇਹ ਉਸ ਮੌਜੂਦ ਹੈ ਇਸ ਜਿਸ ਪਾਸਾ ਕੋ ਫਿੱਟ ਕਰ ਸੀ ਇਨਸ਼ਾਅੱਲਾ ਫਿਰ ਤੋਂ ਮੁਰਾਦ ਇਹ ਹੈ ਮੈਂ ਅੱਗੇ ਅਰਜ਼ ਕਰਾਂਗੇ ਇੱਕ ਗਾਣਾ ਬੜਾ ਮਸ਼ਹੂਰ ਸੀ ਸਿੱਖੀਏ ਸਜਣਾ ਦੀਏ ਤੈਨੂੰ ਚੁੰਮ ਚੁੰਮ ਸੀਨੇ ਨਾਲ ਲਾਵਾਂ ਸਦਾ ਕਰੇ ਜਾਵਾਂ ਨੀ ਸਿੱਖੀਏ ਸਜਣਾ ਦੀਏ ਚਿੱਠੀ ਖੱਤ ਕੀ ਆਣੇ ਜਿਹੜਾ ਖਰੀਅਤ ਨੂੰ ਪੈਗਾਮ ਆਣੀ ਕਾਲ ਵਾਲੇ ਲੋਕ ਅਸਾਂ ਕਾਲ ਵਾਲੇ ਆ ਸਾਰੇ ਕਾਲ ਵਾਲੇ ਲੋਕ ਇਸ ਚਿੱਠੀ ਦੀ ਚਿੱਠੀ ਸਮਝਦੇ ਮੇਰੇ ਮਹਿਬੂਬ ਦੀ ਚਿੱਠੀ ਆ ਗਈ ਪਰ ਸਮਝ ਚੁੱਪ ਸਮਝ ਸੀਧੇ ਨਾ ਦੱਸ ਤੇ ਜਿਹੜੇ ਲੋਕ ਆਲ ਵਾਲੇ ਜਿਹਨਾਂ ਨੇ ਦਰਬਾਰ ਚ ਆਏ ਨੇ ਇਹ ਆਲ ਵਾਲੇ ਆਣੇ ਉਹਨੇ ਕੋਈ ਮਾਲ ਮਸਤ ਕੋਈ ਆਲ ਮਸਤ ਮਾਲ ਕੀ ਮਾਰੋ ਕਾਠ ਹਾਲ ਬਾਤ ਸਸਤਾ ਪ੍ਰਭਾਲੀ ਸੇ ਡਾਤਾ ਵੀ ਖੁਸ਼ ਦੁਨੀਆ ਪਰ ਜਾੜੀ ਸੇ ਡਾਤਾ ਵੀ ਖੁਸ਼ ਤੂੰ ਰਾਜੀ ਇਹ ਹਾਲ ਵਾਲੇ ਹਾਲ ਵਾਲੇ ਲੋਕ ਜਿਹੜੇ ਇਹੋ ਜਿਹਾ ਗਾਣਾ ਸੁਣਨੇ ਉਹ ਉਧਰ ਕੀ ਨੀ ਗਸਣੇ ਕਿਧਰ ਕਿ ਅੱਲਾਹ ਤੋਂ ਬੜਾ ਸਜਣ ਕੋਈ ਨੀ ਕਿ ਜਿਸ ਮੇਰੇ ਹੱਥ ਇਹ ਨਿਮਤਾਂ ਅਦਾ ਕੀਤੀਆਂ ਗੰਦੇ ਕਪੜੇ ਦੀ ਸ਼ਕਲ ਇਨਸਾਨ ਬਣਾਇਆ ਔਰ ਮੀਆਂ ਸਾਹਿਬ ਸਰਕਾਰ ਨੇ ਫੈਕਟਰੀ ਵਧਾ ਕੇ ਇਸ ਤਰ੍ਹਾਂ ਕੀਤੀ ਕਿ ਕਤਰੇ ਹਿਕ ਮਣੀ ਦੇ ਵਿੱਚੋਂ ਕਈ ਕਈ ਨਕਸ਼ ਉਤਾਰੇ ਅਗਰ ਭੈਣਾਂ ਭਰਾ ਦਰਜਨਾ ਵੀ ਹੈ ਨਾ ਇੱਕ ਜੈਸੀ ਸ਼ਕਲ ਹੋਣੀ ਨਾ ਇੱਕ ਜੈਸਾ ਗੰਭੀਰ ਹੋਣ ਨਾ ਤਬਾਹ ਹੋਣ ਲੱਗੀ ਵੱਖੋ ਵੱਖੋ ਸਨ ਪੂਰੀ ਆਲਮੀ ਤਾਇਨਾਤ ਫਿਰ ਜਾਓ ਹਿੱਟ ਜਾਸੇ ਨਹੀਂ ਹਨ ਕਤਰੇ ਹਿੱਟ ਮਨੀ ਦੇ ਵਿੱਚੋਂ ਕਈ ਕਈ ਨਕਸ਼ ਉਤਾਰੇ ਪਾਣੀ ਉੱਤੇ ਸੂਰਤ ਲਿਖ ਕੇ
ਸਹੀ ਨਸ ਅੱਖਾਂ ਮੂੰਹ ਗਾਣ ਵਜੂਦ ਸਾਰਾ ਪੈਣਾ ਪਿਆ ਆਮ ਸਵਰਾ ਤੇਰੇ ਚ ਸੱਕੇ ਜਾਵਾਂ ਪਾਣੀ ਉੱਤੇ ਸੂਰਤ ਲਿਖੇ ਸੀਰਤ ਨਾਲ ਸੰਗਾਰੇ ਸੀਰਤ ਦੇ ਸੰਗਾਰੇ ਤੇ ਜਿਹੜੇ ਲੋਕ ਆਹਲਾ ਨੇ ਉਹ ਇਹ ਗੱਲ ਆਖਣੇ ਕਿ ਤੁਹਾਡਾ ਤੂੰ ਬੜਾ ਸਜਨ ਕੋਈ ਨੀ ਲੱਖਾਂ ਨੇ ਤਾਦਾ ਕੀਤੀਆਂ ਤੇ ਕੁਰਾਨ ਦੀ ਚੰਗੀ ਕਿੱਥੇ ਕੋਈ ਉਹ ਇਧਰ ਕਰੀ ਜਿੰਨੀ ਗੱਲ ਹੈ ਜਿਹੜੀ ਸ੍ਰੀ ਭੇਜੀ ਕਿਤਾਬ ਹੈ ਉਹ ਚਿੱਠੀ ਹੈ ਸਜਣਾ ਦੀ ਏ ਤੈਨੂੰ ਕਿਉਂ ਕਿਉਂ ਮਸ਼ੀਨੇ ਨਾਲ ਲਗਾਵਾਂ ਦੱਕੜੇ ਜਾਵਾਂ ਦੁਨੀਆਦਾਰ ਉਧਰ ਲੈ ਜਾਣੇ ਦੀਨਦਾਰ ਇਧਰ ਲੈ ਜਾਣੇ ਤੋ ਇਹ ਐਸੀ ਗੱਲ ਹੈ ਪਰ ਦਾਰੂ ਵਸਲ ਦੇ ਕਰਕੇ ਹੋਸ਼ ਬੇਹੋਸ਼ ਪਹਿਲੇ ਸੂਰਤ ਰਸ਼ੀਆਂ ਦਾ ਬਣਾਉਂਦਾਈ ਕੁੰਡਲ ਉਹ ਕਿਹੜਾ ਕੁੰਡਲ ਜ਼ੁਲਫ ਤੱਕੋ ਜ਼ੁਲਫ ਉਸ ਨਾ ਕੁੰਡਲ ਲਾਮ ਦੀ ਸ਼ਕਲ ਚ ਉਸ ਕੁੰਡੀ ਦੀ ਸ਼ਕਲ ਤਾਂ ਉਹ ਕੁੰਡਲ ਕਿਹੜਾ ਕਿਹੜੀ ਕਿਸਨੇ ਉਹ ਜ਼ੁਲਫੇ ਵੱਲ ਹੈ ਕੁੰਡਲ ਲਗੇ ਜਿਸ ਨੂੰ ਲਗੇ ਜੈਨ ਦੁਖਿਆ ਦਾ ਹੈ ਦੁੱਲਾ ਲਗੇ ਜੈਨ ਦੁਖਿਆ ਦਾ ਹੈ ਦੁੱਲਾ ਉਸ ਨੂੰ
ਜਦ ਖੁਸ਼ੀ ਵੱਲ ਪਾਉਣ ਲੱਗਦੇ ਕਿਉਂ ਹੋਣਾ ਉਸ ਪੈਰ ਉੱਤੋਂ ਹਿਜਰ ਮੋੜ ਲੈਂਦਾ ਉਸੇ ਆਸ਼ਕ ਨੂੰ ਵਸਲ ਉਸੇ ਆਸ਼ਕ ਨੂੰ ਵਸਲ ਨਸੀਬ ਆਉਂਦਾ ਜਿਹੜਾ ਵਸਲ ਵੱਲੋਂ ਵਸ ਤੋੜ ਲੈਂਦਾ ਰਿਸ਼ਤਾ ਕਦਾ ਕਰਕੇ ਸਭ ਨੇ ਰਾਤਾਂ ਤੂੰ ਰਿਸ਼ਤਾ ਕਦਾ ਕਰਕੇ ਸਭ ਨੇ ਰਾਤਾਂ ਤੂੰ ਜਾਣਾ ਹਿਜਰ ਨਾਲ ਦਰਦਾਂ ਫੁਰਨ ਜੋੜ ਲੈਂਦਾ ਪਰਵਾਨਾ ਯਹਾਂ ਤੜਪੇ ਔਰ ਜਲੇ ਸ਼ਮਾ ਮਦੀਨੇ ਮੇ ਤੋ ਅਦਾਇਤੁੱਲਾ ਸਰਕਾਰ ਇਸ ਤਰ੍ਹਾਂ ਲਿਖਣੇ ਜ਼ਰਾ ਨਾਮ ਦਾ ਤਰਸ ਤੈਨੂੰ ਮੇਰੇ ਹਾਲ
Thank you.
ਗੋਲੀਆਂ ਕੀ ਕੇ ਪਰਵਾਏ ਖਾਦਮਾਂ ਕੀ ਜਿਨ੍ਹਾਂ ਨਾਲ ਬਾਦਸ਼ਾਹ ਜਿਨ੍ਹਾਂ ਤੇ ਨਿਰਵਾਹ ਹੋ ਜਾਏ ਮੀਆਂ ਸਾਹਿਬ ਸਰਕਾਰ ਨੇ ਇੱਕ ਜਗ੍ਹਾ ਆਖਿਆ ਸਾਹਿਬ ਮੀਆਂ ਸਾਹਿਬ ਸਰਕਾਰ ਨੇ ਦਬਰੀਏ ਸਰਕਾਰ ਦੇ ਸਾਹਮਣੇ ਰੱਖਿਆ ਨਾ ਗਾਣੇ ਗੋਲੀਆਂ ਦੇ ਜਿਹੜੀਆਂ ਤੇਰੀਆਂ ਗੋਲੀਆਂ ਹੀ ਆ ਨੌਕਰਾਣੀਆਂ ਜਿਹੜੇ ਉਹਨਾਂ ਪੁੱਤੇ ਰੱਖੇ ਮੈਂ ਉਹਨਾਂ ਪੁੱਤਿਆਂ ਦੀ ਗੋਲੀ ਤੇਰੀ ਵੀ ਗੋਲੀ ਨਾ ਹੋ ਸਕਦੀ ਤੇਰੀ ਵੀ ਗੋਲੀ ਨਾ ਹੋ ਸਕਦੀ ਜਿਹੜੀ ਜਿਹੜੇ ਕੁੱਤੇ ਤੇਰੀਆਂ ਗੋਲੀਆਂ ਰੱਖੇ ਮੈਂ ਉਹਨਾਂ ਕੁੱਤਿਆਂ ਦੀ ਵੀ ਗੋਲੀ ਕੁੱਤੇ ਗੋਲੀਆਂ ਦੇ ਗੋਲੀ ਕੁੱਤਿਆਂ ਦੀ ਕਹਿੰਦਾ ਕੌਣ ਮੈਂ ਸਾਧ ਕਹਾਣੀ ਆ ਤੁਹਾਨੂੰ ਦੇ ਰਿਹਾ ਐਬ ਅੰਬਾਰ ਕੀ ਆ ਨਾ ਹੋ ਆਹ ਕਮਲੀ ਵਾਲਿਆ ਕਦੇ ਕਿਸੇ ਦੀ ਨਿਗਾਹ ਕਰੇ ਸਾਰੇ ਖਤਮ ਮੁਸ਼ਕਲ ਨਾਸਤਾ ਕਿ ਨਾਸਤਾ ਖੁਦਾ ਰੁੱਠ ਜਾਏ ਤੋ ਸਜਦੇ ਕਰੂ ਖੁਦਾ ਰੁੱਠ ਜਾਏ ਤੋ ਸਜਦੇ ਕਰੂ ਦਰਸ਼ਨਮ ਰੁੱਠ ਜਾਏ ਤੋ ਫਿਰ ਮੈਂ ਕਿਆ ਕਰੂ ਸਾਹਮਣੇ ਗੱਲ ਹੀ ਜਿਸ ਵਕਤ ਹਜ਼ੂਰ ਨੇ ਕਾਬਾ ਬਦਲਿਆ ਇੱਕ ਹੋਰ ਤੁਸੀਂ ਕਾਬਲੇ ਗੌਰ ਗੱਲ ਸੁਣਾਓ ਜਿਸ ਵਕਤ ਹਜ਼ੂਰ ਨੇ ਕਾਬਾ ਬਦਲਿਆ ਬਦਲਣਾ ਤੋਂ ਬਾਅਦ ਵੀ ਬਾਤ ਸੀ ਨਾ ਸੋਚਣਾ ਇਸ ਚੀਜ਼ ਕੀ ਆ ਪਰ ਪਹਿਲਾਂ ਬਣਾਇਆ ਕਿਉਂ ਗਿਆ ਇੱਕ ਕਾਬਾ ਥਿਆ ਸੀ ਦੂਆ ਕਾਬਾ ਬਣਾਉਣ ਦੀ ਕੀ ਲੋੜ ਸੀ ਜ਼ਹਰਾ ਮਹਿਬੂਬ ਨਿਸ਼ਾਨ ਦੱਸਣੀ ਸੀ ਜਿਸ ਵਕਤ ਹਜ਼ੂਰ ਨੇ ਕਾਬਾ ਬਦਲਿਆ ਤੇ ਸਫਾਂ ਜਿਹੜੀਆਂ ਪਿੱਛਾ ਸੀਆਂ
ਉਹਨਾਂ ਦਾ ਰਜ਼ੂਰ ਨਾ ਰੁਖ ਹੋ ਗਿਆ। ਬਗੈਰ ਸੋਚੇ ਸਮਝੇ ਅੱਡੀ ਨੇ ਬਲ ਸਾਹਿਬ ਦਾ ਸਿਰ ਪਿਆ। ਤੋ ਮੇਰੇ ਦੋਸਤੋ, ਜਿਨ੍ਹਾਂ ਨੇ ਬਾਪ ਦਾਦੇ ਤੋਂ ਉਹ ਕਾਬਾ ਚਲਾਇਆ ਸੀ, ਉਹਨਾਂ ਨੇ ਦਿਲ ਚ ਨਹੀਂ ਸੋਚਿਆ ਕਿ ਕਾਬੇ ਦਾ ਰੁਖ ਕਿਉਂ ਬਦਲਿਆ। ਉਹਨਾਂ ਹੈ ਨਹੀਂ ਸਾਲਾ ਉਹ ਕਾਬਾ ਹੈ ਜਿਹੜਾ ਮੁਹੰਮਦ ਦਾ ਕਾਬਾ ਹੈ। ਜਿਹੜਾ ਇਹ ਮੁਹੰਮਦ ਸਾਡੇ ਹੱਥੇ ਕਾਬਾ ਹੈ, ਸਾਡਾ ਕਾਬੇ ਨਾਲ ਕੋਈ ਵਾਸਤਾ ਨਹੀਂ, ਸਾਡਾ ਸਦਾਮ ਨੇ ਮੁਹੰਮਦ ਨਾਲ ਵਾਸਤਾ ਹੈ। ਜਿਧਰ ਸਾਡੇ ਨਬੀ ਨੇ ਕਾਬਾ ਜਿਸ ਤਾਂ ਉਧਰ ਸਾਡਾ ਕਾਬਾ। ਬਗੈਰ ਸੋਚੇ ਸਮਝੇ ਅੱਡੀ ਨੇ ਬਲ ਖਾਈ ਸਰ ਗਏ। ਮੁਖ ਤੱਦੀ ਅੱਗੇ ਫਿਰ ਇਮਾਮ ਪੁੱਛੇ। ਮੇਰੇ ਦੋਸਤੋ, ਜਿਹੜੇ ਉੱਥੇ ਅੱਡੀ ਨੇ ਬਲ ਖਾਈ ਫਿਰ ਗਏ ਮੋਮਨ ਹੋ ਗਏ, ਜਿਹਨਾਂ ਕਾਬੇ ਦਾ ਦਾਮਨ ਸਮੀ ਰੱਖਿਆ ਕਾਫਰ ਹੋਈ। ਕਿਉਂ ਕਾਬਾ ਤਾਂ ਫਿਰ ਵੀ ਨਬੀ ਸਰਨਾ ਸਾ ਉਹ ਜਿਸ ਨੇ ਤਫੈਲ ਲੱਭਾ, ਅਗਰ ਉੱਥੇ ਨਾ ਦਾਮਨ ਛੋੜ ਦੇ ਸੋ ਉਹ ਕਿਸਾ ਦਾਮਨ ਲੱਗੇ। ਕਾਬਾ ਤਾਂ ਸੰਗੀ ਲੱਭਾ ਹੀ ਤਫੈਲੇ ਮੁਹੰਮਦ ਹੈ। ਇਸ ਵਾਸਤੇ ਖੁਦਾ ਰੂਪ ਚ ਆਏ ਤਾਂ ਸਜਦੇ ਕਰੂੰ ਰਾਜੀ ਕਰ ਲਾਉ, ਗਰ ਸਨਮ ਰੂਪ ਚ ਆਏ ਤਾਂ ਫਿਰ ਮੈਂ ਕਿਆ ਕਰੂੰ। ਇਸ ਵਾਸਤੇ ਇਹ ਦਰ ਇਸ ਤਰ੍ਹਾਂ ਗੱਲ ਹੈ, ਮਿਹਰਬਾਨੀਆਂ ਮਿਹਰਬਾਨੀਆਂ ਕਰੇ ਜੇ ਯਾਰ ਤਰਸ ਅਸਾਂ ਦੀ ਤਾਂ ਵਰਨਾ ਹੋਵੇ, ਜੇਕਰ ਵਰਨਾ ਹੋ ਜਾਏ ਬਲਾ ਕੀ ਪਰਵਾਹ ਹੈ ਬੋਲਿਆ, ਕਲਾ ਕੀ ਪਰਵਾਹ ਹੈ ਬੋਲਿਆ ਨੂੰ, ਮਿਹਰਬਾਨ ਜਦੋਂ ਬਾਦਸ਼ਾਹ ਹੋਵੇ, ਹੋਵਨ ਸੋਖਤਾ ਹੰਕਾਰ ਜਦੋਂ ਦਾਇਮ ਇਕਬਾਲ ਮਰਦੇ ਕਲੰਦਰ ਇੱਕ ਜਗ੍ਹਾ ਆਖਿਆ, ਜਬ ਤੱਕ ਨਾ ਦਿਸੇ ਦਾਇਮ ਖੁਦਾਏ, ਖੁਦਾ ਹੋਵੇ ਜਾਂ ਦਿਸਣਾ ਨਹੀਂ, ਜਬ ਤੱਕ ਨਾ ਦਿਸੇ ਦਾਇਮ ਖੁਦਾਏ ਉਹ ਜੇ ਆ ਜਾਏ ਸਾਹਮਣੇ, ਜੇ ਤੂੰ ਰਾਜ ਹੋਇਆ ਨਾ ਖੁਦਾ ਹੀ ਅਗਰ ਸਾਹਮਣੇ ਆ ਜਾਏ, ਜਿਸਲੇ ਨਹੀਂ ਦਿਸਣਾ ਖੁਦਾ ਆ ਜੇ ਸਾਹਮਣੇ ਆ ਕੇ ਛੱਡਾ, ਜੇ ਸਾਹਮਣੇ ਆ ਹੀ ਕੇ ਛੱਡਾ ਤਾਂ ਮੁਸਤਫਾ ਹੈ। ਤੇ ਜਿਹੜਾ ਬਸਾਇਰ ਤੁਸਾਂ ਕਿਉਂ ਰਾਜ਼ੀ ਕਰਨਾ, ਮੈਂ ਆਣਾ ਮੈਂ ਆਪਣੇ ਉਸ ਰੰਗ ਤੋਂ ਵੀ ਹਟਾਉਣਾ, ਤੁਸੀਂ ਵੀ ਰਾਜ਼ੀ ਹੋ ਜਾਓ ਸਾਰੇ ਦਸਤ ਵਸਤਾ ਅਰਜ਼ ਕਰਦਾ, ਤੇ ਸਾਡਾ ਰੰਗ ਜਿਹੜਾ ਇਹ ਵੀ ਆਪਣਾ ਜਾਇ ਫਿਰ ਤਿਆਰ ਹੈ। ਤੁਸਾਂ ਕੀ ਜਰ ਆਪਣਾ ਰੰਗ ਇਹ ਵਜ਼ਾਹਤ ਕਰਨ ਤੋਂ ਮੁਰਾਦ ਇਹ ਹੈ ਕਿ ਮੈਂ ਨਾ ਬਿਆਨ ਕਰ ਰਿਹਾ
ਤੇ ਜਾਇਆ ਨਾ ਜਾਇਆ ਬੜਾ ਕੀਮਤੀ ਹੈ। ਮੁਸ਼ਕਲ ਉਹਨਾਂ ਨੇ ਹਦਾਇਤ ਦੁੱਲਾ ਮੁਸ਼ਕਲ ਤੂੰ ਨਾ ਵਾਸਤਾ ਹੀ ਕਿਹਨਾਂ ਵਾਸਤੇ ਜਿੰਨਾਂ ਸਰਕਾਰ ਫਰਮਾਉਣਾ ਇਸ਼ਕ ਦਾ ਜੋ ਮਨ ਨਕਾਰ ਦਿੰਦਾ ਇਧਰ ਇਸ਼ਕ ਦਾ ਜੋ ਮਨ ਨਕਾਰ ਦਿੰਦਾ ਇਧਰ ਵਾਹ